ਫਾਜ਼ਿਲਕਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕੀਤੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਬੂਥ ਲੈਵਲ ਕਾਰਿਆਕਰਤਾਵਾਂ ਦੀ ਮੀਟਿੰਗ ਹੋਈ ਸੰਪੰਨ ਜ਼ਿਲ੍ਹਾ ਅਧਿਕਾਰੀ ਰਕੇਸ਼ ਟੂੜੀਆ ਨੇ ਦਿੱਤੀ ਜਾਣਕਾਰੀ ਫਾਜ਼ਿਲਕਾ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੀ ਬੂਥ ਲੈਵਲ ਮੀਟਿੰਗ ਸੰਪੰਨ ਹੋਈ ਜਿਸ ਦੇ ਵਿੱਚ 55 ਬੂਥਾਂ ਦੇ ਪਰਿਵਾਰੀਆਂ ਦੇ ਨਾਲ ਨਾਲ ਸ਼ਹਿਰੀ ਕਮੇਟੀ ਦੇ ਪਦਾਧਿਕਾਰੀਆਂ ਨੇ ਵੀ ਭਾਗ ਲਿਆ ਇਸ ਮੌਕੇ ਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜੈਨੀ ਵੀ ਪਹੁੰਚੇ ਜਿਨ੍ਹਾਂ ਵੱਲੋਂ ਬੂਥ ਪਰਿਵਾਰੀਆਂ ਦੇ ਨਾਲ ਚੁਣਾਵ ਨੂੰ ਲੈ ਕੇ ਚਰਚਾ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਅਧਿਕਾਰੀ ਰਕੇਸ਼ ਟੂੜੀਆ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਇਹ ਮੀਟਿੰਗ ਕੀਤੀ ਗਈ ਹੈ ਅਤੇ ਬੂਥ ਲੈਵਲ ਤੇ ਪਰਿਵਾਰੀਆਂ ਨੂੰ ਵਿਧਾਨ ਸਭਾ ਚੋਣਾਂ ਦੇ ਲਈ ਤਿਆਰ ਰਹਿਣ ਦੇ ਲਈ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੇ ਮਜ਼ਬੂਤੀ ਦੇ ਨਾਲ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਜਿੱਤ ਵੀ ਹਾਸਲ ਕਰੇਗੀ ਇਹ ਮੀਟਿੰਗ ਅੱਜ ਅਸੀਂ ਬੂਥ ਪਰਿਵਾਰੀਆਂ ਦੀ ਰੱਖੀ ਹੈ ਚੋਣਾਂ ਦੀ ਤਿਆਰੀ ਵਾਸਤੇ ਸਿਰਫ ਬੂਥ ਪਰਿਵਾਰੀ ਜਿਹੜੇ ਸਾਡੇ ਕਾਰਜਕਰਤਾ ਨੇ ਬੂਥ ਤੇ ਕੰਮ ਕਰਨਾ ਹੈ ਉਹਨਾਂ ਦੀ ਅਸੀਂ ਮੀਟਿੰਗ ਬੁਲਾਈ ਹੈ ਲਿਸਟਾਂ ਨੂੰ ਚੈੱਕ ਕਰਨ ਵਾਸਤੇ ਸਾਰੀ ਇਲੈਕਸ਼ਨ ਦੀ ਰਚਨਾ ਕਰਨ ਵਾਸਤੇ ਇਲੈਕਸ਼ਨ ਕਿਸ ਤਰ੍ਹਾਂ ਲੜਿਆ ਜਾਣਾ ਉਹ ਬੂਥ ਪਰਿਵਾਰੀਆਂ ਨੂੰ ਟਿਪਸ ਦੇਣ ਵਾਸਤੇ ਰੱਖੀ ਹੈ ਬਹੁਤ ਵਾਰ ਸਾਡੇ ਪ੍ਰਦੇਸ਼ ਅਧਿਕਾਰ ਜੀ ਇੱਥੇ ਆ ਰਹੇ ਨੇ ਉਹਨਾਂ ਦਾ ਪ੍ਰੋਗਰਾਮ ਵੀ ਚੈੱਕ ਆਊਟ ਕਰਨ ਵਾਸਤੇ ਸ਼੍ਰੀ ਸ਼ਰਮਾ ਜੀ ਆ ਰਹੇ ਨੇ ਉਹਨਾਂ ਦੇ ਪ੍ਰੋਗਰਾਮ ਵਾਸਤੇ ਤਿਆਰੀ ਵਾਸਤੇ ਕਿਸ ਤਰ੍ਹਾਂ ਦਾ ਇਲੈਕਸ਼ਨ ਦੇ ਵਿੱਚ ਰਹੇਗਾ ਬੀਜੇਪੀ ਦੇ ਪਰਫਾਰਮੈਂਸ ਕਿਸ ਤਰ੍ਹਾਂ ਦੀ ਅੱਜ ਮੀਟਿੰਗ ਹੋਈ ਹੈ ਪਰਫਾਰਮੈਂਸ ਦੀ ਤਾਂ ਗੱਲ ਕਰਨ ਦੀ ਲੋੜ ਨਹੀਂ ਫਾਜ਼ਿਲਕਾ ਵਿਧਾਨ ਸਭਾ ਬੀਜੇਪੀ ਦੀ ਹੈ ਬੀਜੇਪੀ ਬੜੀ ਵੱਡੀ ਮਾਰਜਨ ਦੇ ਨਾਲ ਫਾਜ਼ਿਲਕਾ ਵਿਧਾਨ ਸਭਾ ਸੀਟ ਜਿੱਤੇਗੀ ਕਿੰਨੇ ਬੂਥਾਂ ਦੇ ਪ੍ਰਭਾਰੀ ਇੱਥੇ ਅੱਜ ਮੌਜੂਦ ਹੋਏ ਸਾਡੇ ਲਗਭਗ ਸਾਰੇ ਬੂਥ ਪ੍ਰਭਾਰੀ ਇੱਥੇ ਜਿਹੜੇ 55 ਦੇ 55 ਜਿੰਦੇ ਚੋਂ 3-4 ਨੂੰ ਛੱਡਦੀ ਹੈ ਕੋਈ ਜ਼ਰੂਰੀ ਕੰਮ ਉਹ ਵੀ ਜਿਹੜੇ ਨਹੀਂ ਆਏ ਉਹ ਵੀ ਸੂਚਨਾ ਦੇ ਕੇ ਨਹੀਂ ਆਏ ਇਹ ਨਹੀਂ ਹੋ ਸਕਦਾ ਵੀ ਵੈਸੇ ਨਹੀਂ ਆਏ ਜੀ ਕਿਸ ਤਰ੍ਹਾਂ ਦੀ ਮੀਟਿੰਗ ਹੋਈ ਹੈ ਜੀ ਅੱਜ ਦੇਖੋ ਇਹ ਸਾਡੇ ਨਾਲ ਬੂਥ ਇੰਚਾਰਜਾਂ ਦੀ ਮੀਟਿੰਗ ਹੈ ਜ਼ਿਲ੍ਹਾ ਪ੍ਰਧਾਨ ਜੀ ਨੇ ਮੀਟਿੰਗ ਲਈ ਹੈ ਔਰ 55 ਬੂਥ ਹੈ ਉਹ ਸਾਡੇ ਬੂਥ ਇੰਚਾਰਜ ਬਣਾ ਕੇ ਉਹਨਾਂ ਦੀ ਡਿਊਟੀ ਹੈ ਇਲੈਕਸ਼ਨ ਆ ਗਿਆ ਵੋਟ ਲਿਸਟ ਚੈੱਕ ਕਰਨੀ ਵੋਟ ਕੋਈ ਬਣਨ ਵਾਲਾ ਹੈ ਕੋਈ ਨਜਾਇਜ਼ ਜਿਹੜਾ ਕਟਾਉਣ ਵਾਲਾ ਹੈ ਘਰ ਘਰ ਦੇ ਨਾਲ ਦੇਖੋ ਇਲੈਕਸ਼ਨ ਦੇ ਵਿੱਚ ਤਾਂ ਹੀ ਹੈ ਸੰਪਰਕ ਅਤੇ ਬੂਥ ਇੰਚਾਰਜ ਜਿਹੜੇ ਹੈ ਉਹ ਆਪਣੇ ਆਪਣੇ ਬੂਥਾਂ 'ਚ ਸਾਰੀ ਗੱਲ ਨੂੰ ਕਰਨਗੇ ਨਵੀਂ ਜੀ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਅੱਜ ਭਾਰਤੀ ਜਨਤਾ ਪਾਰਟੀ ਫਾਜ਼ਿਲਕਾ ਜ਼ਿਲ੍ਹਾ ਮੀਟਿੰਗ ਸਾਡੀ ਦਫ਼ਤਰ 'ਚ ਹੋ ਗਈ ਹੈ ਔਰ ਸਾਡੀ ਪਾਰਟੀ ਪੂਰੇ ਤਰੀਕੇ ਨਾਲ ਪੂਰੇ ਜ਼ੋਰ ਸ਼ੋਰ ਨਾਲ ਲੱਗ ਰਹੀ ਹੈ ਔਰ ਜਿਸ ਤਰੀਕੇ ਨਾਲ ਵਰਕਰ ਦੇ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਔਰ ਸਾਨੂੰ ਇਹ ਯਕੀਨ ਹੋਣਾ ਸ਼ੁਰੂ ਹੋ ਗਿਆ ਵੀ ਆਉਣ ਵਾਲੀ ਸਰਕਾਰ ਜਿਹੜੀ ਉਹ ਬੀਜੇਪੀ ਦੀ ਹੀ ਹੋਵੇਗੀ ਔਰ ਵਰਕਰ ਦੇ ਵਿੱਚ ਉਤਸ਼ਾਹ ਵੇਖ ਕੇ ਔਰ ਪਾਰਟੀ ਦਾ ਜਿਹੜਾ ਸਿਸਟਮ ਬਣਿਆ ਬਹੁਤ ਹੀ ਜ਼ਬਰਦਸਤ ਸਿਸਟਮ ਬਣਿਆ ਔਰ ਪਾਰਟੀ ਦੇ ਵਿੱਚ ਇੰਨੇ ਕੁ ਨਵੇਂ ਵਰਕਰ ਆ ਰਹੇ ਨੇ ਇੰਨਾ ਕੁ ਡਾਵਾਡੋਲ ਹੋ ਜਾਣਾ ਦੂਜੀਆਂ ਪਾਰਟੀਆਂ ਦਾ ਹਿੱਸਾ ਮਿਲ ਜਾਣਾ ਅੱਜ ਸਾਡੇ ਜਿਹੜੇ ਬੂਥਾਂ ਦੇ ਫਾਜ਼ਿਲਕਾ ਦੇ ਇੰਚਾਰਜ ਬਣੇ ਹੋਏ ਆ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦਫ਼ਤਰ ਮੀਟਿੰਗ ਸੀਗੀ ਭਾਰਤੀ ਜਨਤਾ ਪਾਰਟੀ ਦੇ ਹਰ ਵਰਕਰ ਹਰ ਕਾਰਜਕਰਤਾ ਹਰ ਬੂਥ ਇੰਚਾਰਜ ਪੂਰਾ ਇਲੈਕਸ਼ਨ ਲੜਨ ਤਿਆਰ ਹੈ 2022 ਦਾ ਜੋ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਡਾ ਉਮੀਦਵਾਰ ਆਏਗਾ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਵਰਕਰ ਮਿਹਨਤ ਕਰਕੇ ਜਿਹੜਾ ਜਿਤਾਣਗੇ